ਇੱਕ ਦੋ 2020 ਨੂੰ ਦੀ ਦਰਮਿਆਨੀ ਰਾਤ ਨੂੰ ਪ੍ਰਤਾਪਪੁਰ ਜੇਲ੍ਹ ਤੋਂ ਤਿੰਨ ਹਵਾਲਾਤੀ ਜਿਹੜੇ ਸੀ ਉਹ ਜੇਲ੍ਹ ਤੋਂ ਫਰਾਰ ਹੋ ਗਏ ਸਨ। ਹਵਾਲਾਤੀ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਕੁਮਾਰ ਤੇ ਮੁਕੱਦਮਾ ਦਰਜ ਕੀਤਾ ਸੀ ਅਸੀਂ 51/20 ਮਿਤੀ 2/2 ਨੂੰ ਅੰਡਰ ਸੈਕਸ਼ਨ 223, 224, 427, 120 ਬੀ IPC 52 ਪ੍ਰਿਜ਼ਨ ਐਕਟ ਤੇ ਦੌਰਾਨੇ ਤਫਤੀਸ਼ ਅਸੀਂ ਇੱਕ ਲੇਡੀ ਪਰਮਜੀਤ ਕੌਰ ਜਿਹੜੀ ਕਿ ਜਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਭੈਣ ਹੈ ਤੇ ਇਹਨਾਂ ਦਾ ਭਣੋਈਆ ਸੁਖਵਿੰਦਰ ਸਿੰਘ ਏਲੀਅਸ ਕਾਲਾ, ਇਹ ਅਸੀਂ ਕੱਲ ਮਿਤੀ 4/2/2020 ਨੂੰ ਗ੍ਰਿਫਤਾਰ ਕੀਤੇ ਸੀ ਚੋਹਲਾ ਸਾਹਿਬ ਤੋਂ, ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ। ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫਾਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।